ਜਾਤੀਆਂ ਦੇ ਲਈ, ਸਾਰੀਆਂ ਕੌਮਾਂ ਦੇ ਲਈ, ਧਰਤੀ ਤੇ ਜਿੰਨੇ ਵੀ ਆ ਉਹਨਾਂ ਸਭਨਾਂ ਦੇ ਲਈ ਆ ਯਿਸੂ ਮਸੀਹ ਦੀ ਕੁਰਬਾਨੀ। ਬੋਲ ਦੋ ਹਾਲੇਲੂਯਾ। ਯਿਸੂ ਮਸੀਹ ਦੀ ਜਿਹੜੀ ਕੁਰਬਾਨੀ ਆ ਨਾ, ਉਹ ਮੁਕਤੀ ਦੇ ਲਈ ਕੁਰਬਾਨੀ ਆ। ਆਪਣੇ ਦੇਸ਼ ਤੋਂ ਬਚਾਉਣ ਦੇ ਲਈ ਨਹੀਂ ਆ, ਕੌਮ ਬਚਾਉਣ ਦੇ ਲਈ ਨਹੀਂ ਆ, ਆਪਣਾ ਪਰਿਵਾਰ ਬਚਾਉਣ ਦੇ ਲਈ ਨਹੀਂ ਆ, ਇਹ ਕੁਰਬਾਨੀ ਆ। ਤੇ ਯਿਸੂ ਮਸੀਹ ਦੇ ਮੁਕਤੀ ਦੇ ਛੁਟਕਾਰੇ ਦੇ ਲਈ ਲਈ ਆ, ਸ਼ਾਂਤੀ ਦੇ ਲਈ ਆ। ਯਿਸੂ ਮਸੀਹ ਅਗਰ ਕੁਰਬਾਨੀ ਨਾ ਦਿੰਦੇ, ਆਪਣਾ ਲਹੂ ਨਾ ਵਹਾਉਂਦੇ, ਤੇ ਮੇਰੀਓ ਭੈਣੋ, ਅੱਜ ਅਸੀਂ ਮੁਕਤੀ ਦੇ ਮਾਲਕ ਜਿਹੜੇ ਆ ਨਾ, ਸਾਨੂੰ ਮੁਕਤੀ ਮਿਲਦੀ ਨਹੀਂ ਆ। ਯਿਸੂ ਦੀ ਕੁਰਬਾਨੀ ਕਦੇ ਵੀ ਕਿਸੇ ਕੁਰਬਾਨੀ ਦੇ ਨਾਲ ਨਾ ਰਲਾ ਲਿਓ। ਇਹ ਨਾ ਕਹਿ ਦਿਓ ਕਿ ਜਿੱਦਾਂ ਦੂਸਰੇ ਕੁਰਬਾਨ ਹੋਏ ਨੇ ਤੇ ਸਾਡਾ ਯਿਸੂ ਵੀ ਇੱਦਾਂ ਹੋਇਆ। ਨਹੀਂ, ਯਿਸੂ 2 ਦਿਨ ਕਬਰ ਦੇ ਵਿੱਚ ਰਿਹਾ ਤੇ ਤੀਸਰੇ ਦਿਨ ਕੀ ਹੋ ਗਿਆ? ਤੀਸਰੇ ਦਿਨ ਕੀ ਹੋ ਗਿਆ? ਜਿਉਂਦਾ ਹੋ ਗਿਆ। ਤੇ ਅੱਜ ਵੀ ਜਿਉਂਦਾ ਆ। ਅੱਜ ਵੀ ਜੇ ਜਿਉਂਦਾ ਨਾ ਹੋਵੇ ਤੇ ਆ ਜਿਹੜੇ ਵੱਡੇ ਵੱਡੇ ਕੰਮ ਦੇਖਦੇ ਹੋ ਨਾ ਤੁਸੀਂ, ਕਦੇ ਵੀ ਨਾ ਹੁੰਦੇ। ਜਿੱਦਾਂ ਪਾਸਟਰ ਲੋਕ ਕਹਿੰਦੇ ਨੇ ਕਿ ਮੇਰਾ ਯਿਸੂ ਮੇਰੇ ਲਾਗੇ ਖੜਾ ਵਾ, ਤੁਹਾਨੂੰ ਕੀ ਕਰੇਗਾ ਹੁਣ ਇਹ ਚੰਗਿਆਂ? ਤੇ ਮੁਰਦੇ ਜਿਹੜੇ ਆਵਾਜ਼ ਸੁਣਦੇ ਨੇ, ਮੁਰਦੇ ਕਦੀ ਦੇਖਿਆ ਕਦੀ ਕਿਸੇ ਦੀ ਆਵਾਜ਼ ਸੁਣਦੇ? ਕਦੇ ਪੁਕਾਰ ਕੇ ਵੇਖ ਲਿਓ ਆਪਣੇ ਭਾਪੇ ਨੂੰ, ਭਾਪਾ ਆ ਰਿਹਾ ਭਾਪਾ, ਆਪਣੀ ਧੀ ਨੂੰ ਆਪਣੇ ਪੁੱਤ ਨੂੰ ਬਚਾ ਲਾ। ਆਏਗਾ ਤੇ ਯਿਸੂ ਹੀ। ਬੋਲੋ ਹਾਲੇਲੂਯਾ। ਇਹ ਸੱਚਾਈ ਆ। ਪ੍ਰਭੂ ਜੀ ਕਹਿੰਦੇ ਨੇ ਬਥੇਰੇ ਆਏ ਨੇ ਪਰ ਆ ਕੇ ਚਲੇ ਗਏ ਨੇ, ਪਰ ਯਿਸੂ ਮਸੀਹ ਅੱਜ ਵੀ ਜਿਉਂਦਾ ਤੇ ਜੁਗੋ ਜਗੰਤਰ ਤੱਕ। ਉਹ ਤਾਈਏ ਤੇ ਅਸੀਂ ਉਹਦੀ ਕੋਈ ਮੂਰਤੀ ਨਹੀਂ ਬਣਾਈ, ਤਾਈਏ ਤੇ ਉਹਦੇ ਗਲ ਵਿੱਚ ਹਾਰ ਨਹੀਂ ਪਾਉਂਦੇ, ਤਾਈਏ ਤੇ ਉਹਦੇ ਅੱਗੇ ਕੋਈ ਧੂਫ ਨਹੀਂ ਦਿਖਾਉਂਦੇ, ਕਿਉਂਕਿ ਸਾਡਾ ਯਿਸੂ ਕੀ ਆ? ਜਿਉਂਦਾ ਆ। ਤੇ ਜੇ ਅਸੀਂ ਕਿਸੇ ਜੂਦੇ ਬੰਦੇ ਗਾਰੀ ਉਹਦੇ ਨੱਕ ਦੇ ਲਾਗੇ ਅਗਰ ਬੱਤੀ ਜਾਂ ਧੂਫ ਦਿਖਾਵਾਂਗੇ ਤੇ ਉਹ ਸਾਨੂੰ ਗਾਲੀਓ ਕੀ ਕਰੇਗਾ? ਮਾਰੇਗਾ। ਉਹ ਕਹੇਗਾ ਮੇਰੀਆਂ ਮੇਰੀਆਂ ਅੱਖਾਂ ਦੇ ਵਿੱਚ, ਮੇਰੀਆਂ ਨਾਸਾਂ ਦੇ ਵਿੱਚ ਕੀ ਮਾਰ ਰਿਹਾ? ਧੂਆਂ ਮਾਰ ਰਿਹਾ। ਤਾਈਏ ਤੇ ਅਸੀਂ ਯਿਸੂ ਨੂੰ ਕੋਈ ਲੱਡੂ ਉਹਦੇ ਮੂੰਹ ਨੂੰ ਨਹੀਂ ਲਾਉਂਦੇ, ਕਿਉਂਕਿ ਲੱਡੂ ਉਹਦੇ ਮੂੰਹ ਨੂੰ ਲਾਇਆ ਜਾਂਦਾ ਕਿ ਜਿਹੜਾ ਕੀ ਹੁੰਦਾ ਵਾ, ਮਰ ਜਾਂਦਾ ਹੈ। ਪ੍ਰਭੂ ਜੀ ਤਾਈਏ ਦੇ ਵਚਨ ਵਿੱਚ ਕਹਿੰਦੇ ਨੇ ਕਿ ਤੁਸੀਂ ਮੈਨੂੰ ਕਿਉਂ ਜਿਉਂਦਿਆਂ ਦੇ ਮਰਿਆਂ ਦੇ ਵਿੱਚ ਕਿਉਂ ਮੈਨੂੰ ਜਿਉਂਦੇ ਨੂੰ ਪਾਲਦੇ ਹੋ? ਫਰਕ ਹੈ ਨਾ ਪ੍ਰਭੂ ਜੀ ਦਾ। ਉਹ ਕਹਿੰਦਾ ਜਿਉਂਦੇ ਨੂੰ ਕਿਉਂ ਮਰਿਆਂ ਵਿੱਚ ਪਾਲਦੇ ਹੋ, ਮਤਲਬ ਮਰਿਆਂ ਦੇ ਨਾਲ ਕਿਉਂ ਰਲਾਉਂਦੇ ਹੋ? ਮੈਂ ਨੀ ਕਹਿੰਦਾ, ਮੇਰਾ ਪ੍ਰਭੂ ਕਹਿੰਦਾ ਵਚਨ ਦੇ ਵਿੱਚ, ਕਹਿੰਦਾ ਮੈਂ ਤੇ ਉਹ ਜਿਹੜਾ ਪੜਿਆ ਵਾ ਨਾ, ਜਿਹੜਾ ਲਿਖਿਆ ਨਾ, ਉਹਨੂੰ ਕੀ ਕਰ ਰਿਹਾ ਵਾ, ਤੁਹਾਡੇ ਸਾਹਮਣੇ ਲਿਆ ਕੇ ਆ ਰਿਹਾ। ਕਿਉਂਕਿ ਪ੍ਰਭੂ ਕਹਿੰਦਾ ਮੇਰੀ ਪਰਜਾ ਬਿਨਾਂ ਗਿਆਨ ਤੋਂ ਕੀ ਹੋ ਗਈ ਆ? ਨਾਸ ਹੋ ਗਈ ਆ। ਤੇ ਮੈਂ ਨੀ ਚਾਹੁੰਦਾ ਕਿ ਤੁਸੀਂ ਹੁਣ ਨਾਸ ਹੋ ਜਾਓ। ਪ੍ਰਭੂ ਦੇ ਕੋਲ ਆਏ ਆਏ ਵੀ ਅੱਗੇ ਤੇ ਸ਼ੈਤਾਨ ਆਉਣ ਨੀ ਦਿੰਦਾ, ਤੁਰਨ ਲੱਗਿਆ ਜਾਂ ਤੇ ਢਿੱਡ ਪੀੜ ਪੈ ਜੂਗੀ ਤੇ ਜਾਂ ਕੀ ਹੋ ਜਾਏਗੀ, ਲੜਾਈ ਪੈ। ਤੇ ਪ੍ਰਭੂ ਵੀ ਸਾਨੂੰ ਕਹਿੰਦਾ ਖਿੱਚ ਧਰੂ ਕੇ ਇਹਨਾਂ ਨੂੰ ਕੀ ਕਰੋ, ਲੈ ਲੈ ਆਓ। ਹੁਣ ਜੇ ਤੁਸੀਂ ਆਏ ਹੋ ਤੇ ਖੁਦਾ ਦਾ ਵਚਨ ਸਿੱਖੋ,
प्रभु यीशु मसीह ने जदों रोटी लई ना ते की क्या भला ए मेरा की आ ए बदन आ मेरा पर इस बदन नूं ओह खा सकदा वा कि जेड़ा की हुंदा वा पवित्र क्योंकि झूठ बोलन वाला भी की आ ओह आपे बोल पापी है गाला कढ़न वाला चुगली करन वाला निंदा करन वाला एक दूसरे को सड़न वाला वो भी की आ पापी ते पापी यीशु दा बदन खा सकदा जेड़ा यीशु दा हुक्म नहीं ना मानदा वो भी कौन आ जेड़ा छे दिन काम करदा सतमा दिन प्रभु दा चेता रखदा है ना ओही ओही इस बदन नू खा सकदा जेड़ा प्रभु नू की रखदा है चेता रखदा तुहानु पता पिछे जे तुसी वचन सिखिया सीगा कि तू मेरा की आ मंदर आ तू मेरी की आ हैकल आ ते जेड़ा मेरी इस हैकल नू नाश करदा है ना ते मैं भी की करांगा ओदा नाश कर आए आए हुण गंदे थां प्रभु दा प्रभु दे बदल नू आपां ਜੇ ਅਸੀਂ ਗੰਦੇ ਥਾਂ ਤੇ ਪ੍ਰਭੂ ਦੀ ਰੋਟੀ ਨੂੰ ਖਾ ਰਹੇ ਹਾਂ ਨਾ ਤੇ ਫਿਰ ਕੀ ਅਸੀਂ ਕਰ ਰਹੇ ਹਾਂ ਪਾਪ ਕਰ ਰਹੇ ਹਾਂ ਜੇ ਅਸੀਂ ਦਸਮ ਨਹੀਂ ਨਾ ਦਿੰਦੇ ਫਿਰ ਵੀ ਕੀ ਕਰ ਰਹੇ ਹਾਂ ਅਸੀਂ ਪਾਪ ਹੀ ਕਿਉਂਕਿ ਹੁਕਮ ਤੋੜ ਰਹੇ ਹਾਂ ਨਾ ਤੇ ਹੁਕਮ ਮੰਨਣਾ ਕੁਰਬਾਨੀ ਚੜਾਉਣ ਨਾਲੋਂ ਬਿਹਤਰ ਆ ਉਹ ਜੇ ਹੁਕਮ ਹੀ ਨਹੀਂ ਮੰਨਦੇ ਤੇ ਅਸੀਂ ਯਸੂ ਦੇ ਕਾਹਦੇ ਚੇਲੇ ਆ ਹੈਂ ਐਵੇਂ ਚੇਲੇ ਮੈਂ ਯਸੂ ਦੀ ਚੇਲੀ ਹਾਂ ਮੈਂ ਯਸੂ ਦੀ ਦੀਵਾਨੀ ਹੋ ਗਈ ਹਾਂ ਮੈਂ ਤੇ ਤੋਬਾ ਕਰ ਲਈ ਆ ਹੁਣ ਮੈਂ ਤੇ ਹੁਣ ਯਸੂ ਦੇ ਹੁਕਮਾਂ ਦੀ ਪਾਲਣਾ ਕਰ ਰਹੀ ਹਾਂ ਮੈਂ ਹਰ ਐਤਵਾਰ ਦੇ ਐਤਵਾਰ ਯਸੂ ਕੋਲ ਜਾ ਰਹੀ ਹਾਂ ਪਰ ਜਿੱਦਣ ਵਿਆਹ ਆਉਂਦਾ ਉਦਣ ਮੈਂ ਭੁੱਲ ਜਾਂਦੀ ਹਾਂ ਇਹ ਆ ਯਸੂ ਦੇ ਚੇਲੇ ਬੋਲੋ ਹਾਲੇਲੂਯਾ ਵੇਖਣੇ ਮੇਲੇ ਦੇ ਤੇ ਯਸੂ ਮਸੀਹ ਦੇ ਚੇਲੇ जे तुही मेले वेंदे हो ते फिर भी यसू दे चेले नहीं ए मेरी ओ प्यारी ओ भैणो सिखण वाली गल आ सिख लो चंगे रहोगे अपने आप नू प्रभु दे अगे नीवियां करो ते ओ की करेगा फिर तुहानू उच्चियां करेगा ओ यसू दा बदन खाना वा ते सब ओ यीशु वर्गा हो जाए ओ यीशु दे बदन नू खा रहे ने ते सोच यीशु वर्गी होवे ओ यीशु दे बदन नू खा रहे हो ते तुहाडा उठना फिरना बैठना यीशु वर्गा होवे फिर तुसी प्रभु दे बदन नू खाओ ये नहीं है क्या रोटी ਪੀਏ ਖਰੇ ਸ਼ਰਾਬ ਆਨੀ ਆ ਵੀ ਮਹੀਨੇ ਬਾਅਦ ਜਾ ਕੇ ਲੈਣੀ ਆ ਕਿਉਂਕਿ ਮੈਂ ਕਰ ਲਈ ਆ ਤੋਬਾ ਬਾਪਤਿਸਮਾ ਅੱਜ ਪਤਾ ਕਿਦਾਂ ਦਾ ਬਾਪਤਿਸਮਾ ਪਾਸਟਰ ਦਿੰਦੇ ਨੇ ਪਤਾ ਕੀ ਦੇ ਕਿਉਂ ਬਾਪਤਿਸਮਾ ਅੱਜ ਤੁਸੀਂ ਅੱਜ ਹਫਤੇ ਚਰਚ ਚ ਇੱਕ ਹਫਤੇ ਆ ਗਏ ਹੋ ਨਾ ਦੂਸਰੇ ਹਫਤੇ ਤੁਹਾਨੂੰ ਬਾਪਤਿਸਮਾ ਦੇ ਦੇਣਗੇ ਤੇ ਦੇਣਗੇ ਵੀ ਪਤਾ ਕਿੱਥੇ ਅੱਜ ਦੇ ਜੇ ਬੱਚੇ ਨਹਾਉਂਦੇ ਨੇ ਉਹ ਟੱਪ ਦੇ ਵਿੱਚ ਕੀ ਕਹਿੰਦੇ ਨੇ ਉਸ ਟੱਪ ਨੂੰ ਮੈਨੂੰ ਨਾ ਹੀ ਨਹੀਂ ਆਉਂਦਾ ਸਿਵਿੰਗ ਪੁੱਲ ਦੇ ਵਿੱਚ ਦੇਣਗੇ ਉਹ ਨਾ ਸਿਵਿੰਗ ਪੁੱਲ ਚ ਨਹੀਂ ਉਹ ਜਿਹੜਾ ਬੱਚੇ ਜਿਹਦੇ ਵਿੱਚ ਨਹਾਉਂਦੇ ਨੇ ਛੋਟਾ ਜਿਹਾ ਟੱਪ ਜਿਹੜਾ ਹੁੰਦਾ ਜਿਹੜੇ ਪਲਾਸਟਿਕ ਦੇ ਹਵਾ ਭਰਨ ਵਾਲੇ ਨੀ ਬੱਚਿਆਂ ਦੇ ਬਣੇ ਹੋਏ ਉਹਦੇ ਵਿੱਚ ਬਾਤੂਸਮਾ ਮੈਂ ਦਿੰਦੇ ਪਾਸਟਰ ਦੇ ਖੇਡ ਦੱਸ ਲੋ ਮਹਾ ਬਾਲਟਿਕ ਜਿੱਦਾਂ ਮੇਰਾ ਖਿਆਲ ਆ ਵੀ ਉਹ ਗਲਾਸ ਦੇ ਨਾਲ ਵਿੱਚ ਉਹਦੇ ਚ ਖਿਲਾਰ ਦਿੰਦੇ ਹੋਣਗੇ ਤੇ ਗਲਾਸ ਦੇ ਨਾਲ ਪਾਣੀ ਪਾਈ ਜਾਂਦੇ ਹੋਣਗੇ ਪਾਣੀ ਪਾਈ ਜਾਂਦੇ ਹੋਣਗੇ ਤੇ ਬਾਪਤਿਸਮਾ ਲੈਣ ਵਾਲੇ ਨੂੰ ਪਤਾ ਹੀ ਨਹੀਂ ਆ ਉਹਨਾਂ ਨੂੰ ਪੁੱਛੋ ਤੇ ਕਿ ਮੈਂ ਨਾਮ ਧਾਮ ਰਾਤ ਦਾ ਲੈ ਲਿਆ ਆ ਕਿਤੇ ਮੈਂ ਗਈ ਹਾਂ ਚਰਚ ਚ ਤੇ ਉਹਨਾਂ ਨੇ ਫਿਰ ਮੈਨੂੰ ਨਾਮ ਧਾਮ ਦੇ ਦਿੱਤਾ ਬਾਪਤਿਸਮਾ ਦੇ ਦਿੱਤਾ ਲੈ ਇਹੋ ਜਿਹਾ ਤੇ ਹਾਲ ਹੋ ਗਿਆ ਆ
ਉਹ ਪਹਿਲੇ ਉਹਨਾਂ ਨੂੰ ਤੋਬਾ ਕਰਾਓ, ਪਹਿਲੇ ਉਹਨਾਂ ਨੂੰ ਲਗਾਤਾਰ ਵੇਖੋ ਵੀ ਉਹ ਰਸੂਲਾਂ ਦੀ ਸਿੱਖਿਆ ਲੈਂਦੇ ਕਿ ਨਹੀਂ ਲੈਂਦੇ। ਫਿਰ ਜਾ ਕਹਿਣਗੇ ਵੀ ਤੂੰ ਨਾ ਬਤੁਸਮਾ ਲੈ ਲਾ ਫਿਰ ਠੀਕ ਹੋਵੇਗੀ। ਲੈ ਉਹ ਵਿਚਾਰੀ ਡਰਦੀ ਬਤੁਸਮਾ ਲੈ ਲੈਂਦੀ, ਜਦੋਂ ਫਿਰ ਭਗਤੂਗੀ ਮੈਂ ਠੀਕ ਹੋ ਜਾਂਗੀ ਨਾ। ਲੈ ਤੂੰ ਬਤੁਸਮਾ ਇਧਰੋਂ ਬਤੁਸਮਾ ਲੈਣਾ, ਇਧਰੋਂ ਤੂੰ ਭੁੜਕੀ ਮਾਰ ਕੇ ਠੀਕ ਹੋ ਜਾਣਾ। ਐ ਤੂੰ ਦੌੜੀ ਫਿਰਨਾ, ਐ ਗੋਲੀ ਅੰਗੂ ਜਾਏਗੀ। ਉਹ ਫਿਰ ਭਗਤ ਜੀ ਠੀਕ ਹੋਈ ਨਹੀਂ ਆ। ਕੋਈ ਗੱਲ ਨੀ, ਪੰਜ ਹਫ਼ਤੇ ਤੂੰ ਨਾ ਲਗਾਤਾਰ ਆ ਜਾ, ਫਿਰ ਕੁਝ ਠੀਕ ਹੋ ਜਾਣਾ। ਉਹਨੂੰ ਇਹ ਕਹਿ ਵੀ ਦੁਆ ਕਰੋ, ਪਹਿਲੇ ਦੁਆ ਕਰਨੀ ਸਿੱਖੋ। ਆ ਮੇਰੇ ਕੋਲ ਸਾਲ ਹੋ ਗਿਆ, ਕਈ ਭੈਣ ਭਰਾ ਪੂਰੇ ਤਿਆਰ ਨੇ, ਮੈਂ ਅਜੇ ਵੀ ਬਤੁਸਮਾ ਦੇਣ ਡਿਆ ਵੀ ਨਹੀਂ ਕੁਝ ਸਿੱਖਣ। ਮੇਰੀਓ ਪਿਆਰੀਓ ਭੈਣੋ, ਪਹਿਲੇ ਸਿੱਖ ਲਓ ਬਤੁਸਮਾ ਜਿਹੜਾ ਵਾ, ਕੋਈ ਤੁਹਾਡੇ ਜੀਵਨ ਦਾ ਫੈਸਲਾ ਵਾ। ਪਹਿਲੇ ਫੈਸਲਾ ਕਰਨਾ ਹੈ, ਪਹਿਲੇ ਆਪਣੀ ਜ਼ਿੰਦਗੀ ਚ ਬਦਲਾਅ ਲਿਆਉਣਾ ਹੈ, ਆਪਣੇ ਸੁਭਾਅ ਨੂੰ ਚੇਂਜ ਕਰਨਾ, ਆਪਣੀ ਸੋਚ ਨੂੰ ਚੇਂਜ ਕਰਨਾ, ਆਪਣੇ ਖਿਆਲ ਵੀ ਜਿਹੜੇ ਉਹਨਾਂ ਨੂੰ ਵੀ ਚੇਂਜ ਕਰ ਲੈਣਾ। ਫਿਰ ਪ੍ਰਾਰਥਨਾ ਕਰਨੀ ਲਗਾਤਾਰ, ਫਿਰ ਲਗਾਤਾਰ ਚਰਚ ਵਿੱਚ ਆਉਣਾ, ਰਸੂਲਾਂ ਦੀ ਸਿੱਖਿਆ ਲੈਣੀ, ਫਿਰ ਯਿਸੂ ਮਸੀਹ ਬਾਰੇ ਜਾਣਨਾ, ਤੇ ਫਿਰ ਕੀ ਲੈਣਾ, ਬਤੁਸਮਾ ਲੈਣਾ। ਤੇ ਜਦੋਂ ਯਿਸੂ ਤੁਹਾਡੇ ਕੋਲ ਹੋਵੇਗਾ ਨਾ, ਤੇ ਉਦੋਂ ਕੋਈ ਬਿਮਾਰੀ ਤੁਹਾਡੇ ਲਾਗੇ ਆਵੇਗੀ ਨਹੀਂ ਆ। ਉਹ ਬਿਨਾਂ ਯਿਸੂ ਦੇ ਤੇ ਬਿਮਾਰੀ ਆਉਣੀ ਆ, ਚਾਹੇ ਬਤੁਸਮੇ ਤੁਸੀਂ ਤਿੰਨ ਲੈ ਲਓ, ਭਾਵੇਂ ਟਾਈ ਵਾਲੇ ਪਾਸਟਰ ਕੋਲ ਲੈ ਲਓ, ਭਾਵੇਂ ਲੰਬੇ ਜੇ ਕੋਲ ਲੈ ਲਓ, ਭਾਵੇਂ ਵੱਡੇ ਵੱਡੇ ਵਾਲਾਂ ਵਾਲੇ ਕੋਲ ਲੈ ਲਓ, ਭਾਵੇਂ ਗੰਜੇ ਕੋਲ ਲੈ ਲਓ, ਉਹਨਾਂ ਚਿਰ ਤੁਸੀਂ ਚੰਗੇ ਹੋਵੋਗੇ। ਮੇਰੀਓ ਭੈਣੋ, ਪਹਿਲੇ ਕੀ ਕਰਨਾ, ਆਪਣੇ ਆਪ ਨੂੰ ਤਿਆਰ ਹੈ। ਮੈਂ ਤਾਂ ਉਹਨਾਂ ਪਾਸਟਰਾਂ ਨੂੰ ਵੀ ਬੇਨਤੀ ਕਰਦਾ ਕਿ ਬਤੁਸਮਾ ਦੇਣਾ ਵਾ, ਤੇ ਪਹਿਲੇ ਉਹਨੂੰ ਉਹਦੇ ਕੋਲ ਉਹਦਾ ਪਹਿਲੇ ਉਹਨੂੰ ਚੈੱਕ ਕਰੋ ਕਿ ਇਹਨੂੰ ਦੁਆ ਆਉਂਦੀ ਆ, ਇਹਨੂੰ ਯਿਸੂ ਦੇ ਬਾਰੇ ਪਤਾ ਵਾ, ਇਹਨੂੰ ਬਤੁਸਮੇ ਬਾਰੇ ਪਤਾ ਵਾ। ਮੇਰੀਓ ਪਿਆਰੀਓ ਭੈਣੋ, ਸਿੱਖਣਾ ਆ ਪਹਿਲੇ ਚੰਗੀ ਤਰ੍ਹਾਂ ਮਜ਼ਬੂਤ। ਜਦੋਂ ਮਜ਼ਬੂਤ ਪੇੜ ਬਣ ਜਾਓਗੇ ਨਾ, ਤੇ ਫਿਰ ਕੋਈ ਤੁਹਾਨੂੰ ਡੇਗ ਸਕਦਾ ਨਹੀਂ ਆ। ਰੋਟੀ ਦੀ ਗੱਲ ਹੋ ਰਹੀ ਆ, ਪ੍ਰਭੂ ਯਿਸੂ ਮਸੀਹ ਕੀ ਆ, ਜੀਵਨ ਦੀ ਰੋਟੀ ਆ। ਜਿਹੜਾ ਯਿਸੂ ਮਸੀਹ ਨੂੰ ਖਾਂਦਾ ਆ ਤੇ ਨਾਲੇ ਪੀਂਦਾ ਆ, ਉਹਨੂੰ ਕਦੇ ਨਾ ਭੁੱਖ ਲੱਗਦੀ ਜੇ ਤੇ ਨਾ ਹੀ ਕਦੇ ਉਹਨੂੰ ਪਿਆਸ ਲੱਗਦੀ ਆ। ਉਹ ਕਿਸੇ ਚੀਜ਼ ਦਾ ਪਿਆਸਾ ਨਹੀਂ ਰਹਿੰਦਾ, ਉਹ ਕਦੇ ਭੁੱਖਾ ਹੀ, ਉਹ ਭੁੱਖਾ ਨਹੀਂ ਜੇ ਰਹਿੰਦਾ। ਯਿਸੂ ਮਸੀਹ ਨੂੰ ਖਾਣਾ ਆ ਨਾ, ਤੇ ਪਹਿਲੇ ਕੀ ਕਰੋ, ਆਪਣੇ ਆਪ ਨੂੰ ਤਿਆਰ ਤੇ ਕਰੋ ਆਪਣੇ ਆਪ ਨੂੰ। ਅਗਲੇ ਵਚਨ ਵਿੱਚ ਆਪਾਂ ਚੱਲਾਂਗੇ। ਮੇਰੀ ਯਾਦਗਿਰੀ ਲਈ ਇਹ ਕਰਿਆ ਕਰੋ। ਹੁਣ ਸੁਣੋ, ਪ੍ਰਭੂ ਜੀ ਕਹਿੰਦਾ ਫਿਰ ਮੇਰੀ ਯਾਦਗਿਰੀ ਲਈ ਤੁਸੀਂ ਇਹ ਕਰਿਆ ਕਰੋ। ਇਸੇ ਤਰ੍ਹਾਂ ਉਸਨੇ ਭੋਜਨ ਖਾਣ ਦੇ ਪਿੱਛੋਂ ਪਿਆਲੇ, ਇਸੇ ਤਰ੍ਹਾਂ ਜਦੋਂ ਯਿਸੂ ਮਸੀਹ ਨੇ ਭੋਜਨ ਦੇ ਦਿੱਤਾ ਨਾ ਤੇ ਖਾ ਲਿਆ ਨਾ, ਫਿਰ ਉਹਨੇ ਪਿਆਲਾ ਲਿਆ ਅਤੇ ਕਿਹਾ ਇਹ ਪਿਆਲਾ ਮੇਰੇ ਲਹੂ ਵਿੱਚ ਨਵਾਂ ਨੇਮ ਹੈ। ਇਹ ਜਿਹੜਾ ਪਿਆਲਾ ਤੁਸੀਂ ਅੱਜ ਪੀਣ ਜਾ ਰਹੇ ਹੋ ਨਾ, ਇਹ ਯਿਸੂ ਮਸੀਹ ਦਾ ਨਵਾਂ ਨੇਮ ਆ। ਪੁਰਾਣਾ ਨੇਮ ਜਿਹੜਾ ਹੁਣ ਜਾਂਦਾ ਰਿਹਾ, ਪੁਰਾਣੀਆਂ ਗੱਲਾਂ ਜਾਂਦੀਆਂ ਰਹੀਆਂ, ਹੁਣ ਨਵੀਆਂ ਬੀਤ ਨਵੀਆਂ ਹੋ, ਪੁਰਾਣੀਆਂ ਬੀਤ ਗਈਆਂ। ਜਦ ਕਦੇ ਤੁਸੀਂ ਇਸ ਨੂੰ ਪੀਵੋ, ਜਦੋਂ ਵੀ ਤੁਸੀਂ ਇਸ ਪਿਆਲੇ ਨੂੰ ਪੀਵੋ, ਮੇਰੀ ਯਾਦਗਿਰੀ ਲਈ ਇਹ ਕਰਿਆ ਕਰੋ। ਮੇਰੀ ਯਾਦਗਿਰੀ ਲਈ ਤੁਸੀਂ ਏਦਾਂ ਕਰਿਆ ਕਰਿਓ, ਦੁਆ ਕਰਿਆ ਕਰਿਓ, ਚਰਚ ਜਾਇਆ ਕਰਿਓ, ਬੰਦਗੀ ਕਰਿਆ ਕਰੋ, ਆਰਾਧਨਾ ਕਰਿਆ ਕਰੋ, ਦਸਮ ਦਿਆ ਕਰੋ, ਯਿਸੂ ਦੇ ਕੰਮਾਂ ਦੇ ਵਿੱਚ ਅੱਗੇ ਅੱਗੇ ਹੋ ਕੇ
जाया करो। खुदा तक इन्होंने वचना द्वारा बहुत सारी आशीष से बरकत आ गई।